ਪੰਜਾਬ 'ਚ ਮੌਜੂਦਾ ਸਰਕਾਰ ਖਿਲਾਫ਼ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮੋਗਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਪਟਨ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵੱਡੇ ਪੱਧਰ ਤੇ ਕਰਨਗੇ। ਦੇਖੋ ਜੀ, ਇਹ ਅੱਜ ਜਿਹੜਾ ਅਸੀਂ ਰੋਸ ਮੁਜ਼ਾਹਰਾ ਕੀਤਾ ਜੀ, ਅਸੀਂ ਸੜਕਾਂ 'ਤੇ ਉਤਰੇ ਹਾਂ। ਇਹ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅਸੀਂ ਇਹ ਰੋਸ ਮੁਜ਼ਾਹਰਾ ਕੀਤਾ। ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਨੇ ਜੀ, ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ, ਸਾਡੇ ਨਾਲ ਧੱਕਾ ਕੀਤਾ ਹੈਗਾ। ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਵੀ 2004 ਤੋਂ ਬਾਅਦ ਜਿਹੜੇ ਕਰਮਚਾਰੀ ਪੱਕੇ ਹੋਏ ਆ ਉਹ ਪੈਨਸ਼ਨ ਬਹਾਲੀ ਦੀ ਸਾਡੇ ਨਾਲ ਵਾਅਦਾ ਕੀਤਾ ਸੀ, ਪਰ ਸਰਕਾਰ ਆਪਣੇ ਵਾਅਦੇ 'ਤੇ ਖਰੀ ਨਹੀਂ ਉਤਰੀ। ਸਾਡੇ ਜਿਹੜੇ ਕੰਮ ਹੈ 2012 'ਚ ਪੱਕੇ ਕੀਤੇ ਸੀਗੇ ਸਰਕਾਰ ਨੇ, ਪਿਛਲੀ ਸਰਕਾਰ ਨੇ, ਉਸ ਤੋਂ ਬਾਅਦ ਸਾਡੇ ਜਿਹੜੇ ਹੈਗੇ ਆ ਨਗਰ ਨਿਗਮ ਮੋਗਾ ਵਿਖੇ 54 ਕਰਮਚਾਰੀ ਜਿਹੜੇ ਸਫਾਈ ਕੰਮ ਨੇ ਅਤੇ 85 ਕਰਮਚਾਰੀ ਜਿਹੜੇ ਨੇ ਸੀਵਰੇਜ ਕੰਮ ਜਿਹੜਾ ਰਹਿ ਗਿਆ ਸੀਗਾ, ਉਹਨਾਂ ਬਾਬਤ ਇਹ ਸੰਘਰਸ਼ ਪੂਰੇ ਪੰਜਾਬ ਵਿੱਚ ਵਿੱਢਿਆ ਗਿਆ ਹੈਗਾ। ਵੱਖ ਵੱਖ ਕਮੇਟੀਆਂ ਵਿੱਚ ਵੱਖ ਵੱਖ ਥਾਵਾਂ 'ਤੇ ਸਾਰੇ ਪੰਜਾਬ ਦੇ ਵਿੱਚ ਇਹ ਰੋਸ ਮੁਜ਼ਾਹਰਾ ਚੱਲ ਰਿਹਾ ਜੀ। ਸਰਕਾਰ ਦੇ ਖਿਲਾਫ਼ ਅਸੀਂ ਨਾਅਰੇਬਾਜ਼ੀ ਕੀਤੀ ਆ, ਜੇ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਇਸ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਰੋਸ ਮੁਜ਼ਾਹਰਾ ਕਰਾਂਗੇ, ਸਰਕਾਰ ਦੇ ਖਿਲਾਫ਼ ਵਾਅਦਾ ਖਿਲਾਫ਼ੀ ਦੇ ਖਿਲਾਫ਼ ਜਿਹੜੇ ਅਸੀਂ ਸੜਕਾਂ 'ਤੇ ਉਤਰਾਂਗੇ ਅਤੇ 7 ਤਰੀਕ ਨੂੰ ਜਿਹੜੀ ਸਾਡੀ ਵਿਸ਼ਾਲ ਪੱਧਰ 'ਤੇ ਜਿਹੜੀ ਜਲੰਧਰ ਰੈਲੀ ਹੈ ਉਹਦੇ ਵਿੱਚ ਅਸੀਂ ਸਰਕਾਰ ਨੂੰ ਦੱਸ ਦਿਆਂਗੇ, ਸਰਕਾਰ ਦੇ ਤਖ਼ਤੇ ਪਲਟ ਕਰ ਦਿਆਂਗੇ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਮੁਲਾਜ਼ਮ ਹੈ ਉਹ ਪੂਰੇ ਪੰਜਾਬ ਭਰ ਦਾ ਜਿਹੜਾ ਸਫਾਈ ਕੰਮ ਹੈ ਉਹ ਰੀੜ ਦੀ ਹੱਡੀ ਹੈ, ਕਿਉਂਕਿ ਜੇ ਸਾਡੇ ਨਾਲ ਇਹ ਵਾਅਦਾ ਖਿਲਾਫ਼ੀ ਕਰਦੀ ਹੈ ਤਾਂ ਜੇ ਅਸੀਂ ਸਰਕਾਰ ਬਣਾਉਣਾ ਜਾਣਦੇ ਹਾਂ ਤਾਂ ਸਰਕਾਰ ਨੂੰ ਹਟਾਉਣਾ ਵੀ ਜਾਣਦੇ ਹਾਂ। ਮੋਗਾ ਤੋਂ ਵਿਪਨ ਓਂਕਾਰਾ ਦੀ ਰਿਪੋਰਟ।